ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਡੇ ਲਈ। ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਘਰ ਦੀਆਂ, ਘਰੇਲੂ ਗੱਲਾਂ, ਗਵਾਂਢੀਆਂ ਦੀਆਂ ਗੱਲਾਂ। ਬਈ ਇੱਕ ਤਾਂ ਗਵਾਂਢੀ ਹੁੰਦਾ ਸਾਡੇ ਘਰ ਦੇ ਲਾਗ ਦਾ ਘਰ ਹੈ ਜਿਹੜਾ, ਉਹਨੂੰ ਆਪਾਂ ਗਵਾਂਢੀ ਕਹਿ ਦਿੰਦੇ ਹਾਂ। ਅੱਜ ਦੇ ਸਮੇਂ 'ਚ ਸਾਡੇ ਘਰ 'ਚ ਗਵਾਂਢੀ ਬਣ ਗਏ, ਭਾਈ ਭਾਈ ਇੱਕ ਦੂਏ ਦੇ ਗਵਾਂਢੀ ਬਣ ਗਏ, ਭੈਣਾਂ ਭੈਣਾਂ ਇੱਕ ਦੂਏ ਦੀਆਂ ਗਵਾਂਢਣਾਂ ਬਣ ਗਈਆਂ ਘਰ ਦੇ ਅੰਦਰੇ। ਜਿਹੜੇ ਤੁਹਾਡੇ ਧੀਆਂ ਪੁੱਤ ਹੈ ਉਹ ਤੁਹਾਡੇ ਗਵਾਂਢੀ ਬਣ ਗਏ, ਮਾਪੇ ਕਿਤੇ ਹੋਰ ਬੈਠੇ ਹੋਣਗੇ ਕਮਰੇ 'ਚ, ਬੱਚੇ ਕਿਸੇ ਹੋਰ ਕਮਰੇ 'ਚ ਬੈਠੇ ਹੋਣਗੇ, ਉਹ ਵੀ ਗਵਾਂਢੀਆਂ ਦੀ ਤਰ੍ਹਾਂ ਹੀ ਆ। ਅੱਜ ਆਪਾਂ ਗੱਲ ਕਰਦੇ ਹਾਂ ਵੀ ਗਵਾਂਢੀ ਬਣੇ ਤਾਂ ਬਣੇ ਕਾਹਤੇ, ਕਿੱਥੇ ਘਾਟ ਹੈ। ਹੁਣ ਇਹ ਨਾ ਕਿਹੋ ਵੀ ਭੈਣੇ ਤੁਸੀਂ ਕਿਹੜਾ ਦਲਾਨਾ 'ਚ ਰਹਿੰਦੇ ਹੋ, ਮੈਂ ਵੀ ਤੁਹਾਡੇ ਵਿੱਚੇ ਹਾਂ, ਅਸੀਂ ਬਾਹਰ ਨਹੀਂ ਹੈਗੇ, ਅਸੀਂ ਵੀ ਤੁਹਾਡੇ ਵਾਲੀ ਹਵਾ 'ਚ ਹਾਂ। ਜਿੱਥੋਂ ਸਾਡੇ ਗਵਾਂਢ ਪੈਦਾ ਹੋਇਆ, ਘਰ 'ਚ ਗਵਾਂਢ ਪੈਦਾ ਹੋਇਆ, ਇਹਦੇ ਸਭ ਤੋਂ ਬੜੀ ਪਸਾਦ ਦੀ ਜੜ੍ਹ ਆ ਸਾਡਾ ਮਕਾਨ। ਮਕਾਨ ਕਾਹਤੇ ਆ, ਜਿਹੜਾ ਸਾਡਾ 40-45 ਸਾਲ ਪਹਿਲਾਂ ਸਾਡੇ ਮਕਾਨ ਸੀਗੇ, ਉਹ ਸਾਡੇ ਨਾਨਕਿਆਂ ਦਾਦਕਿਆਂ 'ਚ ਵੀ ਤਾ, ਸਾਡੇ ਰਿਸ਼ਤੇਦਾਰੀਆਂ 'ਚ ਵੀ ਤਾ, ਆਪਾਂ ਤਾਂ ਗੱਲ ਕਰਦੇ ਹਾਂ। ਬੜੇ ਬੜੇ ਦਲਾਨ ਹੁੰਦੇ ਤੇ ਦੋ, ਅੰਦਰੇ ਪਸ਼ੂ, ਅੰਦਰੇ ਸੰਦੂਕ, ਅੰਦਰੇ ਘਰ ਦੇ ਜੀ, ਬਸ ਇੱਕ ਬੈਠਕ ਜੀ ਹੁੰਦੀ ਤੀ ਫਰੰਟ 'ਤੇ, ਜਿੱਥੇ ਸਾਨੂੰ ਲੱਗਦਾ ਹੁੰਦਾ ਸੀ ਵੀ ਕੋਈ ਸਪੈਸ਼ਲੀ ਜਿਹਾ ਰਿਸ਼ਤੇਦਾਰ ਆਇਆ, ਉੱਥੇ ਬਿਠਾ ਤਾ, ਅਗਲੇ ਦੀ ਆਓ ਭਗਤ ਉੱਥੋਂ ਹੀ ਕਰਨੀ ਹੈ, ਸੰਗਾਂ ਸ਼ਰਮਾਂ ਬੀਤੀਆਂ, ਅਗਲਾ ਅੰਦਰ ਵੀ ਨਹੀਂ ਥਾ, ਵਾਲਾ ਧੀਆਂ ਭੈਣਾਂ ਕਿੰਨੀ ਆਉਂਦਾ, ਅਗਲਾ ਸੰਗ ਮੰਨਦੇ ਤੇ ਅਗਲੇ ਗਾਹਾਂ ਆਉਣ 'ਤੇ, ਹੈ ਨਾ, ਅਗਲਾ ਉੱਥੇ ਤੋਂ ਹੀ ਆਓ ਭਗਤ ਕਰਨੀ, ਉੱਥੇ ਤੋਂ ਹੀ ਅਗਲੇ ਨੇ 2-4 ਘੰਟੇ ਜੇ ਰਾਤ ਰਹਿਣਾ ਉੱਥੇ ਤੋਂ ਹੀ ਮੁੜ ਜਾਣਾ, ਹੈ ਨਾ। ਅਤੇ ਜਿਹੜੇ ਸਾਡੇ ਦਲਾਨ 'ਤੇ ਉਹਨਾਂ 'ਚ ਸਾਡੇ ਬੱਚੇ ਇੱਕ ਜਗ੍ਹਾ ਪੈਂਦੇ ਤੇ, ਇੱਕ ਜਗ੍ਹਾ ਖਾਂਦੇ ਤੇ, ਇੱਕ ਜਗ੍ਹਾ ਖੇਡਦੇ ਤੇ, ਸਾਡੇ ਜਿਹੜੇ ਘਰ ਦੇ ਬੜੇ ਤੇ ਜੀ, ਮਾਂ ਬਾਪ ਬੱਚਿਆਂ ਦੇ, ਦਾਦਾ ਦਾਦੀ ਬੱਚਿਆਂ ਦੇ, ਉਹ ਵੀ ਸਾਰੇ ਆਪਣੇ ਧੀਆਂ ਪੁੱਤਾਂ ਕੋਲ ਰਲ ਬਹਿੰਦੇ ਤੇ, ਕਿਉਂਕਿ ਉਹਨਾਂ ਕੋਲ ਹੋਰ ਬੈਠਣ ਵਾਲੀ ਜਗ੍ਹਾ ਹੀ ਨਹੀਂ ਸੀ ਹੁੰਦੀ, ਵਿਹੜੇ 'ਚ ਤਾਂ ਵੀ ਇਕੱਠੇ, ਦਲਾਨ 'ਚ ਤਾਂ ਵੀ ਇਕੱਠੇ, ਬੈਠਕ 'ਚ ਤਾਂ ਫਿਰ ਆਏ ਗਏ ਦਾ ਕੰਮ ਹੁੰਦਾ ਸੀ। ਹੁਣ ਕੀ ਹੈ, ਹੁਣ ਜਵਾਕ ਇੱਕ ਹੋਊ ਜਾਂ ਦੋ ਹੋਊ, ਜੇ ਤਾਂ ਮੁੰਡਾ ਪਹਿਲਾਂ ਤਾਂ ਬ੍ਰੇਕ ਹੈ, ਜੇ ਕੁੜੀ ਪਹਿਲਾਂ ਹੈ ਤਾਂ ਇੱਕ ਮੁੰਡੇ ਵਾਲਾ ਡਿਸੀਜਨ ਹੈ, ਫਿਰ ਬ੍ਰੇਕ ਹੈ, ਦੋ ਬੱਚੇ ਹੱਦ, ਤਿੰਨ ਤਾਂ ਮੈਨੂੰ ਮੇਰੀ ਨਿਗਾਹ 'ਚ ਤਾਂ ਆਲੇ ਦੁਆਲੇ ਤਿੰਨ ਤਿੰਨ ਹੈ ਨਹੀਂ, ਬਾਕੀ ਹੈਗੇ ਵੀ ਆ ਬਥੇਰੇ। ਪਰ ਅਤੇ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਹਾਸੀ ਵੀ ਆਉਂਦੀ ਹੈ ਇਹਨਾਂ ਗੱਲਾਂ 'ਤੇ। ਘਰ 'ਚ ਜਵਾਕ ਇੱਕ ਹੋਊ, ਕੋਠੀ 'ਚ ਕਮਰੇ 5-4 ਹੋਣਗੇ, ਜਵਾਕ ਕੁੰਡਾ ਲਾਉਂਦਾ ਆਪਣੇ ਕਮਰੇ 'ਚ, ਇੱਕ ਆ ਵਿਚਾਰੇ ਫੋਨ ਦੇ ਤੇ ਇਹਨਾਂ ਨੂੰ ਛੁਣਛਣੇ ਸਰਕਾਰਾਂ ਨੇ, ਇਹ ਵੀ ਇੱਕ ਛੁਣਛਣਾ ਹੈ, ਪਹਿਲਾਂ ਦੂਏ ਛੁਣਛਣਿਆਂ ਨਾਲ ਬਚਪਨ 'ਚ ਖੇਡਦੇ ਨੇ, ਹੁਣ ਫੋਨ ਨਾਲ ਖੇਡੀ ਜਾਂਦੇ ਆ, ਕਦੇ ਗੇਮਾਂ ਲਾ ਲਈਆਂ, ਕਦੇ ਫਿਲਮਾਂ ਲਾ ਲਈਆਂ, ਕਦੇ ਕੁਛ ਸਵਾ ਕੇ ਲਾ ਲਿਆ। ਮਾਂ ਬਾਪ ਵਿਚਾਰੇ ਕਿਤੇ ਹੋਰ ਬੈਠੇ ਰਹਿੰਦੇ ਆ, ਕਿਤੇ ਲੌਬੀ 'ਚ ਬਹਿ ਗਏ ਜਾਂ ਕਿਤੇ ਵਿਹੜੇ 'ਚ ਬਹਿ ਗਏ, ਕਿਤੇ ਹੋਰ ਕਮਰੇ 'ਚ ਬਹਿ ਗਏ, ਠੀਕ ਹੈ, ਢਾਈ ਢਾਈ ਟੋਟਰੂ ਹੈ। ਰਹੀ ਗੱਲ ਗਾਹਾਂ ਮਾਂ ਬਾਪ ਦੀ, ਦਾਦਾ ਦਾਦੀ ਦੀ, ਗੁੱਸਾ ਨਾ ਕਰਿਓ, ਮੈਂ ਤਾਂ 50% ਕਹੂੰਗੀ, 50% ਘਰਾਂ 'ਚ ਜਿਹੜੇ ਦਾਦਾ ਦਾਦੀ ਬਣ ਜਾਂਦੇ ਨੇ ਨਾ, ਜ਼ਿਆਦਾ ਕੰਡਿਆਂ ਵਾਂਗੂ ਚੁਭਣ ਲੱਗ ਜਾਂਦੇ ਨੇ, ਉਹ ਵਿਚਾਰੇ ਦੋਏ ਕਿਤੇ ਹੋਰ ਬੈਠੇ ਰਹਿੰਦੇ ਨੇ। ਹੋ ਗਏ ਘਰ 'ਚ 3 ਟੋਲੇ, ਕਮਰੇ ਫਿਰ ਵੀ ਅੱਧੇ ਖਾਲੀ ਆ। ਮੈਂ ਇਹ ਨਹੀਂ ਕਹਿੰਦੀ ਵੀ ਮਕਾਨ ਨਾ ਪਾਓ, ਪਾਇਆ ਹੋਇਆ ਸਾਡੇ ਵੀ, ਪਰ
ਇਹ ਕਿਹਦੇ ਲਈ ਹੈ? ਕੋਈ ਰਿਸ਼ਤੇਦਾਰ ਆ ਜਾਂਦਾ ਹੈ, ਅਗਲੇ ਨੂੰ ਕਿੱਥੇ ਬਿਠਾਈਏ, ਕਿੱਥੇ ਪਾਈਏ, ਸਾਡੀਆਂ ਇਹੀ ਟੈਨਸ਼ਨਾਂ ਨਹੀਂ ਮੁੱਕਦੀਆਂ। ਅਸੀਂ ਘਰ 'ਚ ਗਵਾਂਢੀ ਬਣ ਗਏ ਮਕਾਨਾਂ ਕਰਕੇ, ਕੋਠੀਆਂ ਕਰਕੇ, ਕਿਉਂਕਿ ਹਰ ਇੱਕ ਦਾ ਕਮਰਾ, ਆਹ ਛੋਟੇ ਮੁੰਡੇ ਦਾ ਕਮਰਾ, ਆਹ ਬੜੇ ਮੁੰਡੇ ਦਾ ਕਮਰਾ, ਕੁੜੀ ਦਾ ਕਮਰਾ, ਸਾਡੇ ਮਾਂ ਬਾਪਾਂ ਦਾ ਕਮਰਾ, ਅਸੀਂ ਕਮਰੇ ਵੰਡ ਲਏ, ਕਮਰਿਆਂ 'ਚ ਚੀਜ਼ਾਂ ਵੰਡ ਲਈਆਂ। ਅਸੀਂ ਜਦ ਚੀਜ਼ਾਂ ਨੂੰ ਨਾਂ ਦੇਤਾ, ਕਮਰਿਆਂ ਨੂੰ ਨਾਂ ਦੇਤਾ, ਉੱਥੇ ਸਾਡੇ ਮਨਾਂ 'ਚ ਮੈਂ ਆ ਗਈ, ਆਹ ਮੇਰਾ ਹੈ, ਆਹ ਫਲਾਣੇ ਦਾ, ਆਹ ਮੇਰਾ ਹੈ। ਹੁਣ ਤੁਸੀਂ ਇਹ ਦੇਖ ਲਓ, ਅੱਗੇ ਬੜੇ ਭੈਣ ਭਾਈਆਂ ਦੇ ਕੱਪੜੇ ਕੱਟ ਵੱਢ ਕੇ ਛੋਟਿਆਂ ਦੇ ਬਣਾ ਦਿੰਦੇ ਹੁੰਦੇ ਤੀਆਂ ਮਾਵਾਂ, ਕਿ ਕਬੀਲਦਾਰੀਆਂ ਹੱਥ ਘੁੱਟ ਕੇ ਚੱਲਦੀਆਂ ਤੀਆਂ। ਹੁਣ ਪੈਸਾ ਆ ਗਿਆ ਬੰਬਾ, ਮਜਾ ਲੈ ਨਿਆਣੇ, ਬੜੇ ਭੈਣ ਭਾਈ ਦਾ ਕੋਈ ਕੱਪੜਾ ਛੋਟੇ ਪਾ ਜਾਣਾ, ਨਾਲੇ ਅਜੇ ਮੂੰਹ ਧੋਣਾ ਨਹੀਂ ਆਉਂਦਾ ਹੁੰਦਾ, ਪਰ ਕੱਪੜੇ ਦੀ ਜਾਂਚ ਜ਼ਰੂਰ ਹੁੰਦੀ ਹੈ, ਅੱਜ ਦੇ ਪਾਇਆ ਹੋਇਆ ਮੈਂ ਨਹੀਂ ਪਾਉਣਾ, ਇਹ ਕਲ ਯੁੱਗ ਦੀਆਂ ਨਿਸ਼ਾਨੀਆਂ ਨੇ। ਹੁਣ ਮੈਂ ਭੈਣਾਂ ਨੂੰ ਵੀ ਕਹਿੰਦੀ ਹਾਂ, ਮੈਂ ਵੀਰ ਵੀ ਵਿਚਾਰੇ ਬਹੁਤ ਸਾਊ ਹੁੰਦੇ ਤੇ ਆਪਣੇ ਵਾਲੇ ਸਮੇਂ ਦੇ, ਇੱਕ ਦੂਏ ਭੈਣ ਭਾਈ ਦਾ ਕੱਪੜਾ ਪਾ ਲੈਂਦੇ ਤੇ ਆਪਾਂ, ਹੁਣ ਤਾਂ ਨਹੀਂ ਪਾਉਂਦੇ, ਹੁਣ ਤਾਂ ਮੇਰਾ ਤਾਂ ਇਹ ਨਹੀਂ ਮੁੱਕਦੀਆਂ, ਉਹ ਵਾਸ਼ਰੂਮ ਫਲਾਣੇ ਦਾ, ਉਹ ਧਮਕੇ ਦਾ, ਇਹ ਸਾਰੇ ਕੰਮ ਜੀ ਅਸੀਂ ਪੁੱਠੇ ਕਰ ਲਏ, ਸਾਰੇ ਕੰਮ ਪੁੱਠੇ ਕਰ ਲਏ। ਹੁਣ ਜਿਹੜਾ ਗਵਾਂਢ ਹੁੰਦਾ ਸੀ ਅੱਗੇ, ਗੱਲ ਇੱਥੇ ਵੀ ਫਰਕ ਆ ਗਿਆ, ਜਿਹੜਾ ਆਪਾਂ ਪਿੰਡਾਂ 'ਚ ਰਹਿੰਦੇ ਹੁੰਦੇ ਸੀ, ਬੀਹੀਆਂ ਛੋਟੀਆਂ ਛੋਟੀਆਂ ਬੀਹੀਆਂ ਹੁੰਦੀਆਂ ਸੀ, ਇੱਧਰਲੀ ਤਾਈ ਚਾਚੀ ਨੇ ਪੀੜ੍ਹੀ ਚੱਕੀ ਬੀਹੀ ਦੇ ਵਿੱਚ, ਇੱਧਰਲੀ ਤਾਈ ਚਾਚੀ ਨੇ ਪੀੜ੍ਹੀ ਚੱਕੀ ਬੀਹੀ ਦੇ ਵਿੱਚ, ਪੀੜ੍ਹੀਆਂ 'ਤੇ ਬੈਠ ਕੇ ਉੱਥੇ ਲਸਣ ਇਕੱਠਾ ਕਰ ਲੈਣਾ, ਉੱਥੇ ਗੱਲਾਂ ਬਾਤਾਂ ਕਰ ਲੈਣੀਆਂ, ਉੱਥੇ ਹਾਸੇ ਠੱਠੇ ਕਰ ਲੈਣੇ, ਉੱਥੇ ਦੁੱਖ ਸੁੱਖ ਕਰ ਲੈਣੇ। ਹੁਣ ਸਮਾਂ ਐਸਾ ਆ ਗਿਆ, ਨਾ ਤਾਂ ਕੋਈ ਹੱਸਣ ਦਿੰਦਾ, ਨਾ ਕੋਈ ਬੋਲਣ ਦਿੰਦਾ, ਨਾ ਕੋਈ ਕਿਸੇ ਦੇ ਜਾਂਦਾ, ਨਾ ਕੋਈ ਕਿਸੇ ਦੇ ਆਉਂਦਾ, ਕੁੰਡੇ ਬੰਦ ਰਹਿੰਦੇ ਨੇ। ਕੁੰਡੇ ਬੰਦ ਵੀ ਭਾਈ ਸਮੇਂ ਨੇ ਕਰਾਤੇ, ਹੁਣ ਤਾਂ ਮਾਰ ਕੇ ਚਪੇੜਾਂ ਅਗਲਾ ਚੈਨੀਆਂ ਲਾ ਕੇ ਕੰਨ ਪਾੜ ਕੇ ਉਹ ਜਾਂਦਾ, ਇਹ ਵੀ ਸਮੇਂ ਦਾ ਹੀ ਕੰਮ ਹੈ, ਕੁੰਡੇ ਬੰਦ ਵੀ ਭਾਈ ਤਾਂ ਰੱਖਣ ਲੱਗ ਗਈਆਂ ਸਾਡੇ ਵਰਗੀਆਂ। ਸਮੇਂ ਨੇ ਦੁਨੀਆ ਬਦਲਤੀ, ਦੁਨੀਆ ਨੇ ਸਮਾਂ ਬਦਲਤਾ, ਕਿਸੇ ਦੇ ਬਸ ਹੇਠ ਨਹੀਂ ਰਹੀ ਗੱਲ। ਮੈਂ ਤੁਹਾਨੂੰ ਇਹ ਦੱਸਦੀ ਹਾਂ ਵੀ ਸਾਡੇ ਇਹੋ ਜਿਹਾ ਕੰਮ ਤਾਂ ਜੇ ਚਲੇ ਜਾਣਾ ਆਸ ਗੁਆਂਢ 'ਚ, ਕੋਈ ਰੋਟੀ ਲਾਉਂਦਾ, ਤਾਏ ਚਾਚੇ ਦੇ ਚਲੇ ਗਏ, ਅਗਲਾ ਰੋਟੀ ਲਾਉਂਦਾ, ਮੈਂ ਕਹਿੰਦੀ ਪੱਲੇ ਤੋਂ ਫੜ ਕੇ ਹੀ ਬਿਠਾ ਲੈਂਦੀਆਂ ਦੀਆਂ, ਉਹ ਇੱਕ ਤਾਂ ਖਾ ਜਾ, ਅੱਜ ਆਹ ਬਣਾਇਆ, ਇੱਕ ਫੁਲਕਾ ਤਾਂ ਖਾ ਜਾ, ਆਈ ਤਾਂ ਹੈ, ਕੰਮ ਕੋਈ ਹੋਰ ਗਏ ਹੈ, ਖਿਲਾ ਕੇ ਰੋਟੀ ਤੋਰਨਾ। ਇਹ ਪਿਆਰ 'ਤੇ, ਇਹ ਨਹੀਂ ਹੈਗਾ ਵੀ ਅਗਲੇ ਨੂੰ ਘਰ ਰੋਟੀ ਨਹੀਂ ਸੀ ਮਿਲਦੀ, ਪਿਆਰ 'ਤੇ ਪਿਆਰ। ਹੁਣ ਕਿਸੇ ਦੇ ਚਲੇ ਜਾ, ਪਹਿਲਾਂ ਤਾਂ ਅਗਲਾ 10 ਕੁ ਸਮੇੜੇ ਜੇ ਖਾਊ, ਫਿਰ ਪਤਾ ਨਹੀਂ ਮੂੰਹ 'ਚ ਕੀ ਬੁੜਬੁੜ ਕਰੂ, ਲੈ ਦੱਸ ਆਹ ਕਿੱਧਰੋਂ ਆ ਗਈ, ਨਾ ਹੁਣ ਇਸ ਟਾਈਮ ਕੀ ਕਰਨ ਆਈ ਹੈ। ਇਹੀਆਂ ਜਿਹੀਆਂ ਗੱਲਾਂ ਸਾਡੇ ਦਿਮਾਗ 'ਚ ਚੱਲਣ ਲੱਗ ਜਾਂਦੀਆਂ ਨੇ। ਹੁਣ ਕਿਸੇ ਦੇ ਵੀ ਜਾਣ ਦਾ ਸਮਾਂ ਨਹੀਂ, ਗੁਆਂਢ ਖਤਮ ਹੋ ਗਏ ਪਰ ਘਰ 'ਚ ਗੁਆਂਢ ਬਣ ਗਏ, ਕਿਉਂਕਿ ਸਾਡੇ ਮਨ ਦੂਰ ਹੋ ਗਏ। ਜਿਹੜੇ ਸਾਡੇ ਘਰਾਂ 'ਚ ਗੁਆਂਢ ਬਣਨ ਦੇ ਕਾਰਨ ਬਹੁਤ ਨੇ, ਮੈਂ ਤੁਹਾਨੂੰ ਦੱਸਿਆ ਵੀ ਫੋਨ ਵੀ ਗੁਆਂਢ ਬਣਨ ਦਾ ਕਾਰਨ ਹੈ, ਸਾਡਾ ਮਕਾਨ ਵੀ ਕਾਰਨ ਹੈ, ਬਹੁਤ ਬੜਾ ਕਾਰਨ ਹੈ ਮਕਾਨ ਤਾਂ, ਕਿਉਂਕਿ ਕਮਰੇ ਵੰਡ ਲਏ ਅਸੀਂ। ਨੰਬਰ 3 ਤੇ ਸਾਡੇ TV ਆ ਗਏ, ਇੱਥੇ ਥਾਈ ਮੈਂ ਦੇਖਿਆ ਇੱਕ ਦੂਏ ਦੇ ਕਮਰੇ 'ਚ TV ਦੇਖਣ ਨਹੀਂ ਜਾਂਦੇ, ਕਈ ਵਾਰ ਇੱਕ ਘਰ ਦੀ ਛੱਤ 'ਤੇ ਚਾਰ ਚਾਰ ਡਿਸ਼ਾਂ ਲੱਗੀਆਂ ਹੁੰਦੀਆਂ ਨੇ, ਹੁਣ ਤਾਂ ਚੱਲ ਵਾਈਫਾਈ ਜੇ ਚੱਲ ਪਏ
ਇੱਕ ਲਵਾਇਆ ਬਹੁਤ ਹੈ, ਪਰ ਮੈਂ ਛਤਰੀਆਂ ਵੀ ਛੱਤ 'ਤੇ ਲੱਗੀਆਂ ਹੋਈਆਂ ਦੇਖੀਆਂ। ਉਹ ਕਹਿੰਦਾ ਮੈਂ ਉਹਦੇ ਕਮਰੇ 'ਚ ਨਹੀਂ ਜਾਣਾ, ਉਹ ਮੇਰੇ ਗਏ 'ਤੇ ਤਿਊੜੀਆਂ ਪਾਉਂਦਾ, ਉਹ ਮੇਰੇ ਗਏ 'ਤੇ ਤੰਗ ਹੋ ਜਾਂਦਾ। ਨਾ ਦਰਾਣਾ ਜਠਾਣਾ ਰਲ ਕੇ ਬੈਠੇ, ਨਾ ਭਾਈ ਭਾਈ ਰਲ ਕੇ ਬੈਠਣ, ਅਗਲੀਆਂ ਬੈਠਣ ਨਹੀਂ ਦਿੰਦੀਆਂ। ਦੂਆ ਕਹੂਗਾ ਮੈਂ ਆਹ ਚੈਨਲ ਦੇਖਣਾ, ਦੂਆ ਕਹੂਗਾ ਮੈਂ ਆਹ ਚੈਨਲ ਦੇਖਣਾ, ਫਿਰ ਉੱਥੇ ਕਲੇਸ਼ ਪੈ ਜਾਂਦਾ, ਉੱਥੇ ਚੈਨਲਾਂ ਪਿੱਛੇ ਲੜਾਈ ਹੋ ਜਾਂਦੀ ਹੈ। ਜਦ ਅੱਜ ਤੋਂ 30-35 ਸਾਲ ਪਹਿਲਾਂ ਟੀ ਵੀ ਕਿਸੇ ਕਿਸੇ ਦੇ ਹੁੰਦਾ ਤਾਂ ਪਿੰਡ 'ਚ 5-4 ਟੀ ਵੀ ਹੁੰਦੇ ਅਤੇ ਉੱਥੇ ਆਪਾਂ 50-50 ਜਵਾਕ ਇਕੱਠੇ ਹੋ ਕੇ ਟੀ ਵੀ ਦੇਖ ਲੈਂਦੇ, ਅਤੇ ਉੱਥੇ ਸਾਡਾ ਦਿਮਾਗ ਟਿਕਾਣੇ ਤਾ, ਕਿਉਂਕਿ ਚੈਨਲ ਇਹ 2-3 ਕੁ ਚੱਲਦੇ ਤੇ, ਉਹ ਵੀ 10-12 ਐਂਟੀਨਾ ਹਿਲਾਈ ਦਾ ਤਾਂ ਕਿਤੇ ਜਾ ਕੇ ਸਾਫ ਚੱਲਦਾ ਸੀਗਾ, ਨਹੀਂ ਲਾਈਨਾਂ ਜਿਹੀਆਂ ਹੀ ਭੱਜੀਆਂ ਫਿਰੀ ਜਾਂਦੀਆਂ ਤੀਆਂ। ਸਾਡਾ ਦਿਮਾਗ ਖਰਾਬ, ਪੈਸੇ ਨੇ, ਸਾਇੰਸ ਨੇ, ਸਾਡੀਆਂ ਸਹੂਲਤਾਂ ਨੇ, ਸਾਡੇ ਬ੍ਰੈਂਡਾਂ ਨੇ, ਸਾਡੀਆਂ ਕੋਠੀਆਂ ਨੇ, ਸਾਡੀ ਐਸ਼ੋ ਪ੍ਰਸਤੀ, ਜਿੰਨੀ ਵੀ ਐਸ਼ੋ ਪ੍ਰਸਤੀ ਹੈ ਸਾਡੇ ਕਰਮਾਂ 'ਚ ਆ ਗਈ, ਸਾਡੇ ਹਿੱਸੇ, ਉਹਨੇ ਸਾਡਾ ਦਿਮਾਗ ਘੁਮਾਤਾ। ਮੈਂ ਲਾਸਟ 'ਚ ਕਹੂੰਗੀ, ਇਹਨਾਂ ਚੀਜ਼ਾਂ ਨੇ ਸਾਡੇ ਘਰ 'ਚ ਗਵਾਂਢ ਬਣਾਤਾ। ਮੈਂ ਝੂਠ ਨਹੀਂ ਬੋਲਦੀ, ਕਮੈਂਟਾਂ 'ਚ ਮੈਨੂੰ ਦੱਸਣਾ ਵੀ ਕਿਆ ਮੈਂ ਕੋਈ ਗਲਤ ਬੋਲਿਆ। ਹੁਣ ਨਹੀਂ, ਹੁਣ ਇਹ ਐਸੀ ਹਵਾ ਚੱਲ ਪਈ, ਐਸੀ ਬਿਮਾਰੀ ਲੱਗ ਗਈ, ਇਹ ਹੁਣ ਵਧਣੀ ਓ ਹੈ, ਇਹ ਘਟਣੀ ਨਹੀਂ, ਨਾ ਇਹਦਾ ਕੋਈ ਇਲਾਜ ਆ ਕੈਂਸਰ ਵਾਲੀ ਬਿਮਾਰੀ ਵਾਂਗੂ। ਇਹ ਇਲਾਜ ਸਾਡੇ ਅੰਦਰੇ ਹੈ, ਉਹ ਅਸੀਂ ਖੋਜਣਾ ਨਹੀਂ। ਕੋਈ ਮੋਢਾ ਨਹੀਂ ਰਿਹਾ ਇਹੋ ਜਿਹਾ ਜਿਹਦੇ 'ਤੇ ਸਿਰ ਧਰ ਕੇ ਰੋ ਸਕੀਏ, ਦਿਲ ਦੀਆਂ ਗੱਲਾਂ ਕਰ ਸਕੀਏ, ਜਿਹਦੇ ਮਰਜ਼ੀ ਕੋਲ ਕਰ ਲੈ, ਅਗਲਾ ਜਦੇ ਗਾਹਾਂ ਕਰ ਦੂ, ਪਿੱਠ ਨਹੀਂ ਘੁਮਾਉਣ ਦਿੰਦਾ ਜਾਂ ਤੁਹਾਡਾ ਫੋਲਿਆ ਹੋਇਆ ਢਿੱਡ ਗਾਹਾਂ ਆਏ ਪਾਣੀ ਦੀ ਬਾਲਟੀ ਵਾਂਗੂ ਡੋਲ ਦਿੰਦਾ ਵੀ ਫਲਾਣਾ ਮੈਨੂੰ ਐਂ ਦੱਸ ਗਿਆ। ਠੀਕ ਹੈ ਜੀ, ਸੋ ਇਹ ਗੱਲਾਂ, ਇਹ ਗਵਾਂਢ ਤਾਂ ਹੁਣ ਮੈਨੂੰ ਲੱਗਦਾ ਨਹੀਂ ਵੀ ਖਤਮ ਹੋਣਗੇ, ਤਾਂ ਵੱਧਦੇ ਹੀ ਜਾਣੇ ਆ। ਅੱਗੇ ਗਵਾਂਢੀ ਕੰਧ ਤੋਂ ਬਾਹਰ ਤਾ, ਹੁਣ ਕੰਧ ਦੇ ਅੰਦਰ ਗਵਾਂਢ ਬਣ ਗਿਆ। ਚਲੋ ਠੀਕ ਹੈ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਲਾਈਕ ਕਰਿਓ। ਕੋਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ। ਸਤਿ ਸ਼੍ਰੀ ਅਕਾਲ ਜੀ।